ਮੀਂਹ ਪੈਣਾ। ਮੌਸਮ ਵਿਭਾਗ ਨੇ ਬਕਾਇਦਾ ਰੈੱਡ ਅਲਰਟ ਜਾਰੀ ਕਰਤਾ। ਮੌਸਮ ਵਿਭਾਗ ਨੇ ਬਕਾਇਦਾ ਤੌਰ 'ਤੇ ਪੰਜਾਬ ਸਰਕਾਰ ਨੂੰ ਜਾਣੂ ਕਰਾਤਾ। ਪੰਜਾਬ ਸਰਕਾਰ ਨੇ ਆਪਣੇ ਵਿਭਾਗਾਂ ਨੂੰ ਹਦਾਇਤ ਕਰਤੀ ਹੈ ਕਿ ਦਰਿਆਵਾਂ ਦੇ ਕਿਨਾਰੇ, ਹੈ ਨਾ, ਨਹਿਰਾਂ ਦੇ ਕਿਨਾਰੇ, ਇਹਨਾਂ ਚੋਇਆਂ ਦੇ ਕਿਨਾਰੇ, ਚਾਹੇ ਉਹ ਸਤਲੁਜ ਦਾ ਕਿਨਾਰਾ ਹੋਵੇ, ਚਾਹੇ ਇੱਧਰ ਘੱਗਰ ਵਾਲੀ ਮਾਰ ਹੋਵੇ, ਪਿਛਲੀ ਵਾਰ ਜਿੰਨੀ ਪਈ ਹੈ ਉੱਥੇ, ਸਾਰੀ ਸਥਿਤੀ ਨੂੰ ਦੇਖਦੇ ਹੋਏ ਕਹਿਤਾ ਕਿ ਭਾਈ ਪਿੰਡ ਪੁੰਡ ਖਾਲੀ ਕਰਾਉਣੇ ਤਾਂ ਦੇਖੋ ਪ੍ਰਬੰਧ। ਕਿਉਂਕਿ ਦਿੱਲੀ 'ਚ ਤਾਂ ਪਹਿਲੇ ਮੀਂਹ 'ਚ ਕਿਸ਼ਤੀਆਂ ਚਲਾਉਣੀਆਂ ਪੈ ਗਈਆਂ ਸੜਕਾਂ 'ਤੇ, ਲੋਕਾਂ ਨੂੰ ਕਿਸ਼ਤੀਆਂ ਨਹੀਂ ਕੱਢਣਾ ਪਿਆ। ਸੋ ਇਸ ਲਈ ਇੱਧਰ ਵੀ ਕਹਿੰਦੇ ਜੀ ਬਰਨਾਲਾ, ਸੰਗਰੂਰ, ਹੈਂ, ਜਲੰਧਰ, ਪਠਾਨਕੋਟ, ਕਹਿੰਦੇ ਜੀ ਇੱਥੇ ਤਾਂ ਮਤਲਬ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ, ਤੇਜ਼ ਝੱਖੜਾ ਸਕਦਾ। ਸੋ ਪੰਜਾਬ ਦੇ ਵਿੱਚ ਕਹਿੰਦੇ ਜੀ ਅਗਲੇ 7 ਦਿਨ ਮੀਂਹ ਪੈਣ ਦੀ ਸੰਭਾਵਨਾ, ਜਿਹਦੇ ਵਿੱਚੋਂ ਪਹਿਲੇ 3 ਦਿਨ ਬਹੁਤ ਭਾਰੀ ਮੀਂਹ ਪੈ ਸਕਦਾ। ਸੋ 28 ਜੂਨ ਨੂੰ ਕਾਫ਼ੀ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ, ਉਹ ਤੋਂ ਬਾਅਦ 29-30 ਵੀ ਕਹਿੰਦੇ ਇਸੇ ਸਥਿਤੀ 'ਚ। ਸੋ ਅੱਜ ਦੇ ਦਿਨ ਤੋਂ ਸ਼ੁਰੂ ਕਰਕੇ ਕਹਿੰਦੇ ਜੀ ਅਗਲੇ ਦਿਨਾਂ ਤੱਕ ਇਹ 3 ਦਿਨ, ਮਤਲਬ ਅੱਜ ਦਾ ਦਿਨ ਦੱਸਿਆ ਸੀ 29-30, ਸੋ ਇਸ ਲਈ ਪੰਜਾਬ ਦੇ ਵਿੱਚ ਹਾਂ ਮਤਲਬ ਮਾਨਸੂਨ ਦਾਖਲ ਹੋ ਗਿਆ। ਪਠਾਨਕੋਟ ਵਾਲੇ ਪਾਸੇ, ਲੁਧਿਆਣੇ 'ਚ ਮੀਂਹ ਭਰਿਆ, ਉਹਨਾਂ ਮੁਸ਼ਕਲ ਆਈ। ਸੋ ਇਹ ਹੁਣ ਅੱਜ ਰਾਤ ਦਾ ਫਿਕਰਮੰਦੀ ਹੈ ਅਤੇ ਅਗਲੇ 2 ਦਿਨ ਵੀ ਹੈ। ਸੋ ਮਾਨਸੂਨ ਦੀ ਆਮਦ ਜਿੱਥੇ ਗਰਮੀ ਤੋਂ ਰਾਹਤ ਦਿਵਾਉਣ ਦੇ ਹਵਾਲੇ ਨਾਲ, ਉੱਥੇ ਇਸ ਪਹਿਲੂ ਨਾਲ ਫਿਕਰ ਵੀ ਵੱਧ ਗਿਆ ਕਿ ਸਥਿਤੀ ਕਿਤੇ ਜ਼ਿਆਦਾ ਮੁਸ਼ਕਲ ਭਰੀ ਨਾ ਹੋ ਜਾਵੇ। ਸੋ ਬਕਾਇਦਾ ਤੌਰ 'ਤੇ ਮੌਸਮ ਵਿਭਾਗ ਨੇ ਪੰਜਾਬ ਸਰਕਾਰ ਨੂੰ ਜਾਣੂ ਕਰਾਤਾ ਅਤੇ ਹੁਣ ਸਪੱਸ਼ਟ ਦੱਸਦਾ ਕਿ ਅਗਲੇ 3 ਦਿਨ ਬਹੁਤ ਗੰਭੀਰ ਰਹਿ ਸਕਦੇ ਨੇ, ਰਿਕਾਰਡ ਤੋੜ ਮੀਂਹ ਪੈ ਸਕਦਾ। ਵੈਸੇ 7 ਦਿਨ, ਅਗਲੇ 7 ਤੋਂ 8 ਦਿਨ ਭਾਰੀ ਮੀਂਹ ਦੀ ਹਦਾਇਤ ਕੀਤੀ ਗਈ ਹੈ ਅਤੇ ਭਾਰਤ ਦੇ 24 ਸੂਬਿਆਂ 'ਚ, ਜਿਨ੍ਹਾਂ 'ਚ ਪੰਜਾਬ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ। ਪੰਜਾਬ ਦੀਆਂ ਲਿੰਕ ਸੜਕਾਂ ਅਤੇ ਲਿੰਕ ਸੜਕਾਂ ਦੀ ਖਸਤਾ ਹਾਲਤ, ਇੱਧਰ ਬਰਸਾਤ ਆਉਣ ਵਾਲੀ ਹੈ, ਬਰਸਾਤ ਤੋਂ ਬਾਅਦ ਹੋਰ ਹਾਲਤ ਪਤਲੀ ਹੋ ਜਾਣੀ ਹੈ। ਇਸ ਲਈ ਬਰਸਾਤਾਂ ਤੋਂ ਤੁਰੰਤ ਬਾਅਦ ਸੜਕਾਂ ਦੀ ਮੁਰੰਮਤ ਹੋ ਸਕੇ, ਸਰਕਾਰ ਉਹਦੇ ਲਈ ਹੀਲੇ ਵਸੀਲੇ ਦੇਖ ਰਹੀ ਹੈ। ਬਿਲਕੁਲ ਸਰਕਾਰ ਦਾ ਫਰਜ਼ ਬਣਦਾ, ਪਰ ਜਿਹੜੀ ਆਸ ਕੀਤੀ ਜਾ ਰਹੀ ਸੀ ਕਿ ਸਰਕਾਰ ਆਉਣ ਤੋਂ ਬਾਅਦ ਰਿਸ਼ਵਤਖੋਰੀ ਬੰਦ ਹੋ ਜਾਣੀ ਹੈ, ਭ੍ਰਿਸ਼ਟਾਚਾਰੀ ਬੰਦ ਹੋ ਜਾਣੀ ਹੈ, ਆਮਦਨ ਦੇ ਸਰੋਤ ਇੰਨੇ ਖੁੱਲ੍ਹ ਜਾਣੇ ਆ, ਖਜ਼ਾਨਾ ਡੁੱਲ ਪੈਣਾ ਅਤੇ ਕੰਮ ਸਾਰੇ ਵਾਗੋ ਵੱਖ ਹੋ ਜਾਣੇ, ਪਰ ਅਜਿਹਾ ਨਹੀਂ ਹੋ ਰਿਹਾ। ਇੱਕ ਪਾਸੇ ਕੇਂਦਰ ਦੀ ਧੱਕੇਸ਼ਾਹੀ, ਦੂਏ ਪਾਸੇ ਸਰਕਾਰੀ ਸਿਸਟਮ ਦਾ ਨਲਾਇਕਪਣਾ ਕਿ ਪੰਜਾਬ ਦੇ ਖਜ਼ਾਨੇ 'ਚ ਆਮਦਨ ਹੀ ਨਹੀਂ ਆ ਰਹੀ, ਕਰਜ਼ੇ ਦੀ ਵੰਡ ਭਾਰੀ ਹੁੰਦੀ ਜਾ ਰਹੀ ਹੈ। ਇਹ ਸਾਲ ਮੁੱਕਣ ਤੱਕ 4 ਲੱਖ ਕਰੋੜ ਨੂੰ ਕਰਜ਼ਾ ਪਹੁੰਚ ਜਾਣਾ ਪੰਜਾਬ ਦੇ ਸਿਰ 'ਤੇ। ਸੋ ਇਹ ਆਪਣੇ ਆਪ 'ਚ ਫਿਕਰਮੰਦੀ ਵਾਲਾ ਪਹਿਲੂ। ਇੱਧਰ 2000 ਕਰੋੜ ਦਾ ਕਰਜ਼ਾ ਹੁਣ ਲਿੰਕ ਸੜਕਾਂ ਦੀ ਮੁਰੰਮਤ ਲਈ ਚੱਕਣਾ ਪੈਣਾ। 2000 ਕਰੋੜ ਦਾ ਕਰਜ਼ਾ ਸਾਨੂੰ ਸਿਰਫ ਲਿੰਕ ਸੜਕਾਂ ਦੀ ਮੁਰੰਮਤ ਲਈ ਲੈਣਾ ਪੈ ਰਿਹਾ। ਕਾਰਨ, ਲਿੰਕ ਸੜਕਾਂ ਦੀ ਮੁਰੰਮਤ ਅਕਸਰ ਮਤਲਬ ਮੰਡੀ ਬੋਰਡ ਦੇ ਹਵਾਲੇ ਨਾਲ ਪੇਂਡੂ ਵਿਕਾਸ ਫੰਡ ਰਾਹੀਂ ਹੋ ਜਾਂਦੀ ਸੀ। ਪੇਂਡੂ ਵਿਕਾਸ ਫੰਡ ਸਾਡਾ 5 ਸੀਜ਼ਨਾਂ ਤੋਂ ਰੋਕਿਆ ਹੋਇਆ ਕੇਂਦਰ ਨੇ, ਲਗਭਗ 7000 ਕਰੋੜ ਕੇਂਦਰ ਜਾਰੀ ਹੋ ਨਹੀਂ ਕਰ ਰਿਹਾ, ਉਹ ਨਹੀਂ ਆ ਰਿਹਾ, ਸੜਕਾਂ ਦੀ ਹਾਲਤ ਪਤਲੀ ਹੋਈ ਜਾਂਦੀ ਹੈ। ਮਤਲਬ 5 ਤੋਂ 6 ਸਾਲਾਂ 'ਚ ਸੜਕਾਂ ਦੀ ਮੁਰੰਮਤ ਹੋਣਾ ਬਹੁਤ ਜ਼ਰੂਰੀ ਹੁੰਦੀ ਹੈ, ਪਰ ਪਿਛਲੇ 3 ਸਾਲਾਂ ਤੋਂ ਕੋਈ ਪੈਚ ਨਹੀਂ ਲੱਗਿਆ। ਪੈਚ ਨੂੰ ਲੈ ਕੇ ਹਾਸਾ ਠੱਠਾ ਤਾਂ ਬਹੁਤ ਹੁੰਦਾ ਰਿਹਾ, ਹੈ ਨਾ, ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ, ਉਹਨਾਂ ਦਾ ਪੈਚ ਵਰਕ ਵਾਲਾ ਉਹ ਗਣਾਇਆ ਹੋਇਆ ਕੰਮ ਬਹੁਤ ਚਰਚਾ 'ਚ, ਪਰ ਹੁਣ ਪੰਜਾਬ ਵਾਲੇ ਕਹਿੰਦੇ ਭਾਈ ਪੈਚ ਵਰਕ ਕੇ ਕਰਾ ਦਿਉ। ਸੋ ਰੋੜੀਆਂ ਨਿਕਲ ਗਈਆਂ, ਸਾਈਕਲ, ਰੇਹੜੀ, ਗੱਡੀ, ਹੈ ਨਾ, ਉਹ ਸਾਰਾ ਕੁਝ ਚਲਾਉਣਾ, ਸਕੂਟਰ ਮੁਸ਼ਕਲ ਹੋਇਆ ਪਿਆ ਸੜਕਾਂ 'ਤੇ। ਪੰਜਾਬ ਦੇ ਵਿੱਚ 30,000 ਲਿੰਕ ਸੜਕਾਂ ਨੇ, ਕਰੀਬ 30,237 ਲਿੰਕ ਸੜਕਾਂ ਨੇ, ਜਿਹਦੀ ਲੰਬਾਈ ਕਰੀਬ 64,000 ਤੋਂ ਉੱਪਰ ਬਣਦੀ ਹੈ, 64,878 ਕਿਲੋਮੀਟਰ ਲੰਬਾਈ ਬਣਦੀ ਹੈ। 30,237 ਦੇ ਵਿੱਚੋਂ 8100 ਸੜਕਾਂ ਨੇ ਜਿਨ੍ਹਾਂ ਦੀ ਮੁਰੰਮਤ ਹੋਣੀ ਜ਼ਰੂਰੀ ਹੈ ਤੁਰੰਤ, 8105 ਲਿੰਕ ਸੜਕਾਂ ਦੀ ਮੁਰੰਮਤ ਤੁਰੰਤ ਹੋਣੀ ਜ਼ਰੂਰੀ ਹੈ, ਜਿਹਦਾ ਲਗਭਗ 17,000 ਕਿਲੋਮੀਟਰ ਤੋਂ ਲੰਬਾ ਫਾਸਲਾ ਬਣਦਾ, 17,406 ਕਿਲੋਮੀਟਰ
ਸੜਕਾਂ ਦੀ ਮੁਰੰਮਤ ਤੁਰੰਤ ਹੋਣੀ ਬਣਦੀ ਹੈ। 2022-23, 2023-24 ਅਤੇ ਹੁਣ 24-25 ਵਾਲਾ ਵਾਰ ਆ ਗਿਆ, ਕੋਈ ਮੁਰੰਮਤ ਨਹੀਂ ਹੋਈ। ਸੋ ਇਹਦੇ ਲਈ ਹੁਣ ਪੰਜਾਬ ਸਰਕਾਰ ਨੇ ਤਜਵੀਜ਼ ਘੜੀ ਹੈ ਕਿ ਆਪਾਂ 1800 ਕਰੋੜ ਨਬਾਰਡ ਤੋਂ ਚੱਕ ਲਈਏ, ਕਿਉਂਕਿ ਪਹਿਲਾਂ ਹੀ ਨਬਾਰਡ ਤੋਂ 200 ਕਰੋੜ ਕਰਜ਼ਾ ਚੱਕਣ ਦੀ ਤਜਵੀਜ਼ ਮਨਜ਼ੂਰ ਕਰਾਉਣ ਲਈ ਮੁੱਖ ਮੰਤਰੀ ਸਾਹਿਬ ਤੋਂ ਸਹੀ ਪਾਈ ਹੋਈ ਹੈ। ਪਿਛਲੇ ਸਾਲ 3 ਜੁਲਾਈ ਨੂੰ ਕਹਿੰਦੇ ਜੀ ਬਕਾਇਦਾ ਤੌਰ 'ਤੇ ਨਬਾਰਡ ਤੋਂ 200 ਕਰੋੜ ਰੁਪਈਆ ਕਰਜ਼ਾ ਮਨਜ਼ੂਰੀ ਲਈ ਹਰੀ ਝੰਡੀ ਮੁੱਖ ਮੰਤਰੀ ਸਾਹਿਬ ਤੋਂ ਲਈ ਹੋਈ ਹੈ, ਪਰ ਹੁਣ ਦੁਬਾਰਾ 14 ਜੂਨ ਨੂੰ ਕਹਿੰਦੇ ਨਵੀਂ ਤਜਵੀਜ਼ ਘੜੀ ਆ, ਅਤੇ ਉਸ ਨਵੀਂ ਤਜਵੀਜ਼ ਦੀ ਤਿਆਰੀ ਕਰਕੇ ਉਹਦੀ ਪ੍ਰਵਾਨਗੀ ਲਈ ਫਾਈਲ ਮੁੱਖ ਮੰਤਰੀ ਸਾਹਿਬ ਦੇ ਮੇਜ਼ 'ਤੇ ਪਹੁੰਚਾ ਦਿੱਤੀ ਆ ਕਿ ਜੇ ਮਨਜ਼ੂਰੀ ਮਿਲ ਜਾਵੇ ਤਾਂ ਇਹਦੇ ਰਾਹੀਂ ਅਸੀਂ 1800 ਕਰੋੜ ਹੋਰ ਲੈ ਲਾਂਗੇ। 200 ਕਰੋੜ ਉਹ ਅਤੇ 1800 ਕਰੋੜ ਆ, 2000 ਕਰੋੜ ਸਾਡੇ ਕੋਲ ਹੋ ਗਿਆ, ਜਦੋਂ ਕਿ ਇਹਦੀ ਮੁਰੰਮਤ ਦੇ ਲਈ ਕਰੀਬ ਕਰੀਬ 3000 ਕਰੋੜ ਰੁਪਈਆ ਚਾਹੀਦਾ। ਸੋ ਹੋ ਸਕਦਾ ਸਰਕਾਰ ਕੋਲ ਕੋਈ ਆਪਣਾ ਫੰਡ ਕੋਈ ਪਿਆ ਹੋਵੇ ਜਾਂ ਕਿਸੇ ਇੱਧਰੋਂ ਉੱਧਰੋਂ ਕੋਈ ਟ੍ਰਾਂਸਫਰ ਕੀਤਾ ਜਾਵੇ, ਪਰ ਫਿਰ ਵੀ ਕਹਿੰਦੇ ਜੀ ਇਹਦੇ ਲਈ ਘੱਟੋ ਘੱਟ 3000 ਕਰੋੜ ਦੇ ਕਰੀਬ 2800 ਕਰੋੜ ਤੋਂ ਵੱਧ ਰਾਸ਼ੀ ਚਾਹੀਦੀ ਹੈ। ਸੋ 2000 ਕਰੋੜ ਦਾ ਜੇ ਪ੍ਰਬੰਧ ਹੁੰਦਾ ਤਾਂ ਘੱਟੋ ਘੱਟ ਕੁਝ ਪੈਚ ਪੁੱਛ ਲਾ ਕੇ ਕੁਝ ਸੁਖਾਲਾ ਹੋ ਜਾਏਗਾ, ਪਰ ਦੇਖਦੇ ਹਾਂ ਕਿ ਹੁਣ ਇਹ ਕਰਜ਼ੇ ਦੀ ਬੋਝ ਜਿਹੜਾ ਲਗਾਤਾਰ ਵਧੀ ਜਾਂਦਾ ਉਹਦੇ ਨਾਲ ਇੱਕ ਫਿਕਰ